ਤੇ ਉਧਰ ਕੈਨੇਡਾ ਭਾਰਤ ਵਿਵਾਦ ਵਿਚਾਲੇ ਅਕਾਲੀ ਆਗੂ ਬਿਕਰਮ ਮਜੀਠੀਆ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਹਨਾਂ 41 ਡਿਪਲੋਮੈਟਸ ਨੂੰ ਵਾਪਸ ਭੇਜਣ ਤੇ ਬਿਆਨ ਦਿੱਤਾ। ਪੰਜਾਬੀ ਨੌਜਵਾਨ ਤੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਬਿਕਰਮ ਮਜੀਠੀਆ ਨੇ ਬਿਆਨ ਦਿੱਤਾ। ਸੋ ਲਗਾਤਾਰ ਪੰਜਾਬ ਦੀ ਸਿਆਸੀ ਧਿਰਾਂ ਦੇ ਵੱਲੋਂ ਇਸ ਪੂਰੇ ਮਸਲੇ ਨੂੰ ਬਹਿ ਕੇ ਸੁਲਝਾਉਣ ਦੀ ਗੱਲ ਲਾਖੀ ਜਾ ਰਹੀ ਹੈ ਸ਼ੁਰੂ ਤੋਂ ਹੀ। ਤੇ ਹੁਣ ਬੀਤੇ ਦਿਨੀ ਜਿਹੜੇ 41 ਡਿਪਲੋਮੈਟਸ ਵਾਪਸ ਗਏ ਨੇ, ਉਸੇ ਤੇ ਬਿਕਰਮ ਮਜੀਠੀਆ ਨੇ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਨੌਜਵਾਨ ਸਾਡੇ ਵਿਦਿਆਰਥੀ ਕੈਨੇਡਾ ਦੇ ਵਿੱਚ ਰਹਿੰਦੇ ਨੇ, ਕੈਨੇਡਾ ਦੇ ਵਿੱਚ ਵੱਸਦੇ ਨੇ, ਤੇ ਇਸ ਨੂੰ ਲੈ ਕੇ ਇੱਕ ਚਿੰਤਾ ਵੀ ਹੈ ਤੇ ਇੱਕ ਗੰਭੀਰ ਮਸਲਾ ਵੀ। ਜੋ ਕੈਨੇਡੀਅਨ ਐਮਬੈਸੀ 41 ਅਫਸਰ ਵਾਪਸ ਹੋ ਗਏ, ਮੈਂ ਸਮਝਦਾ ਪੰਜਾਬ ਨਾਲ ਬਹੁਤ ਵੱਡਾ ਇਹਦਾ ਪੰਜਾਬ ਨੂੰ, ਨੌਜਵਾਨ ਸਟੂਡੈਂਟਸ ਨੂੰ ਔਰ ਪੰਜਾਬ ਦੇ ਜਿਹੜੇ ਬਾਹਰ ਕੈਨੇਡਾ 'ਚ ਸੈਟਲਡ ਹੈ ਉਹਨਾਂ ਲੋਕਾਂ ਨੂੰ ਬੜਾ ਵੱਡਾ ਨੁਕਸਾਨ ਹੋਣਾ। ਮੈਂ ਵਾਰ ਵਾਰ ਇਸ ਗੱਲ ਨੂੰ ਰੇਜ਼ ਕਰ ਰਿਹਾ ਕਿ ਪੰਜਾਬੀ ਨੂੰ ਇੱਕ ਪੱਗ ਵਾਲੇ ਨੂੰ ਆਰਥਿਕ ਤੌਰ 'ਤੇ, ਸੋਸ਼ਲ ਤੌਰ 'ਤੇ, ਧਾਰਮਿਕ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ। ਇਸ ਗੱਲ ਦਾ ਮੈਨੂੰ ਦੁੱਖ ਹੈ। ਅੱਜ ਉਹ 41 ਅਫਸਰ ਜਦ ਵਿਡਰਾਅ ਹੋ ਗਏ ਆ, ਚੰਡੀਗੜ੍ਹ 'ਚ ਜਿਹੜਾ ਕਾਉਂਸਲੇਟ ਉਹ 'ਚੋਂ ਕੰਮ ਬੰਦ ਕਰਤਾ ਸਿੱਧੀ ਤੇ ਸਿੱਧੀ। ਮੈਂ ਸਮਝਦਾ ਪੰਜਾਬ ਦੇ ਸਟੂਡੈਂਟਸ ਨੂੰ ਅਤੇ ਪੰਜਾਬ ਦੀ ਜਨਤਾ ਨੂੰ ਬੜਾ ਵੱਡਾ ਇਹਦਾ ਨੁਕਸਾਨ।